ਸਾਡੇ ਕੋਲ ਤੇ ਯਕੀਨ ਕਰੋ ਕੋਈ ਮੰਗਣ ਵਾਲਾ ਆ ਜਾਏ ਨਾ ਸਭ ਤੋਂ ਵੱਡੇ ਬਖੀਲ ਤੇ ਕੰਜੂਸ ਤੇ ਜਿਹੜਾ ਨਾ ਅਸੀਂ ਬਣ ਚੁੱਕੇ ਹਾਂ ਨਾ ਸ਼ੁਕਰੇ ਬਣ ਚੁੱਕੇ ਹਾਂ ਕੋਈ ਮੰਗਣ ਵਾਲਾ ਆ ਜਾਏ ਜੇ ਦੇ ਵਿੱਚ ਹੁੰਦਾ ਵੀ ਹੈ ਤੇ ਅਸੀਂ ਫਿਰ ਵੀ ਨਹੀਂ ਦਿੰਦੇ ਅਸੀਂ ਉਹਨੂੰ ਮਾਫ਼ ਕਰ ਦੇ ਅੱਲਾਹੁ ਅਕਬਰ ਕਬੀਰਾ ਸਾਨੂੰ ਤਾਂ ਦਰਸ ਦਿੱਤਾ ਹੈ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਸਹਾਬਾ ਨੇ ਸਰਕਾਰ ਦੀ ਆਲੇ ਬੈਤ ਨੇ ਹਜ਼ਰਤ ਇਮਾਮ ਹਸਨ ਦੇ ਦਰਵਾਜ਼ੇ ਤੇ ਇੱਕ ਬੰਦਾ ਆ ਗਿਆ ਤੇ ਆ ਕੇ ਸਵਾਲ ਕਰਦਾ ਹੈ ਯਾ ਹਸਨ ਮੈਨੂੰ ਕੁਛ ਦਿਓ ਆਪਨੇ ਲੱਗ ਦੇ ਦਿੱਤੀ ਅੰਦਰ ਗਏ ਤੇ ਤਕਰੀਬਨ 40,000 ਦਿਨਾਰ ਦੀ ਪੰਡ ਬਣ ਛੱਡੀ ਆਖਿਆ ਆਣ ਕੇ ਚੁੱਕ ਲੈ ਬਾਬਾ ਜੀ ਉਮਰ ਦਾ ਤਕਾਜ਼ਾ ਸੀ ਚੁੱਕਿਆ ਨਾ ਗਿਆ ਤੇ ਅਸਰ ਦਸਨ ਫਰਮਾਉਂਦੇ ਨੇ ਜਾਓ ਮਦੀਨੇ ਦੇ ਵਿੱਚ ਦੋ ਮਜ਼ਦੂਰ ਲੈ ਲਓ ਉਹ ਮਜ਼ਦੂਰ ਲੈ ਕੇ ਆਏ ਤੇ ਉਹਨਾਂ ਨੂੰ ਅੱਧੋ ਅੱਧ ਚੁਕਾ ਦਿੱਤੇ ਜਦੋਂ ਟੁਰਨ ਲੱਗੇ ਨਾ ਤੇ ਮੇਰੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਨਵਾਸੇ ਨੇ ਫਰਮਾਇਆ ਬਾਬਾ ਜੀ ਹਸਨ ਆਖਿਆ ਇਹਨਾਂ ਮਜ਼ਦੂਰਾਂ ਦੀ ਮਜ਼ਦੂਰੀ ਵੀ ਤੂੰ ਨਹੀਂ ਦੇਣੀ ਉਹ ਹਸਨ ਖੁਦ ਅਦਾ ਕਰੇਗਾ ਉਹ ਹਸਨ ਖੁਦ ਅਦਾ ਕਰੇਗਾ ਤੇ ਜਦੋਂ ਦਰਵਾਜ਼ੇ ਤੇ ਪਹੁੰਚੇ ਨਾ ਤੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਨਵਾਸੇ ਨੇ ਫਿਰ ਆਵਾਜ਼ ਦਿੱਤੀ ਫਰਮਾਇਆ ਬਾਬਾ ਉਹ ਫਕੀਰ ਸਾਇਰ ਕਹਿੰਦਾ ਹਜ਼ੂਰ ਹੁਣ ਕੀ ਗੱਲ ਹੈ ਤੇ ਇਮਾਮ ਹਸਨ ਫਰਮਾਉਂਦੇ ਨੇ ਬਾਬਾ ਮੈਨੂੰ ਮਾਫ ਕਰ ਅਖਿਆ ਹਜ਼ੂਰ ਮਾਫ ਕੀ ਕਾਫੀ ਕੇ ਇਹਨਾਂ ਨਵਾਜ਼ ਵੀ ਦਿੱਤਾ ਹੈ ਮਾਫੀ ਤੇ ਉਹ ਮੰਗਦੇ ਨੇ ਜਿਹੜੇ ਦਿੰਦੇ ਹੀ ਕੁਝ ਨਹੀਂ ਮਾਫੀ ਤੇ ਉਹ ਮੰਗਦੇ ਨੇ ਜਿਹੜੇ ਦਿੰਦੇ ਹੀ ਕੁਝ ਨਹੀਂ ਤੁਸੀਂ ਤਾਂ ਨਵਾਜ਼ ਛੱਡਿਆ ਆ ਫਰਮਾਉਂਦੇ ਨੇ ਕਿ ਤੇ ਜਿੰਨੀ ਤਾਖੀਰ ਹੋਈ ਹੈ ਨਾ ਤੈਨੂੰ ਦੇਣ ਵਾਸਤੇ ਉਸ ਤਾਖੀਰ ਦੀ ਮਾਫੀ ਮੰਗ ਰਿਹਾ ਅੱਜ ਸਾਡੇ ਕੋਲ ਹੋਣ ਦੇ ਬਾਵਜੂਦ ਪੁੱਤਰ ਕੋਲ ਹੈ ਤੇ ਬਾਪ ਮੁਹਤਾਜ ਹੈ ਭਾਈ ਕੋਲ ਹੈ ਤੇ ਭਾਈ ਮੁਹਤਾਜ ਹੈ ਇੱਕ ਨੂੰ ਅੱਲਾ ਨੇ ਇੱਜ਼ਤ ਦਿੱਤੀ ਤੇ ਦੂਸਰਾ ਉਹਦੇ ਚਿਹਰੇ ਵੱਲੇ ਵੇਖ ਵੇਖ ਕੇ ਜ਼ਿੰਦਗੀ ਗੁਜ਼ਾਰਦਾ ਹੈ ਉਹ ਫਖਰ ਨਾਲ ਲੋਕਾਂ ਨੂੰ ਕਹਿੰਦਾ ਮੇਰਾ ਵੀਰ ਹੈ ਉਹ ਗੱਡੀ ਤੇ ਜਾ ਰਿਹਾ ਉਹ ਕੋ ਪੁੱਛਣਾ ਕੌਣ ਹੈ ਤੈਨੂੰ ਨਹੀਂ ਪਤਾ ਮੇਰਾ ਵੱਡਾ ਭਾਈ ਬੜੀ ਇੱਜ਼ਤ ਨਾਲ ਕਹਿੰਦਾ ਤੇ ਜੇ ਉਹ ਭਾਈ ਦੇ ਦਰਵਾਜ਼ੇ ਤੇ ਚਲਾ ਜਾਏ ਤੇ ਯਕੀਨ ਕਰੋ ਜਦੋਂ ਮੁੜ ਕੇ ਆਉਂਦਾ ਨਾ ਤਾਂ ਬੜਾ ਮਾਯੂਸ ਹੁੰਦਾ ਹੈ